ਅੱਜ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕ੍ਰਿਸ਼ਨ ਤ੍ਰਿਜਾ ਸਾਹਿਬ ਦੱਸੋ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ਗੁਰੂ ਨਾਨਕ ਦੇਵ ਜੀ ਦੁਖੀਆਂ ਨੂੰ ਸਹਾਰਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਡੁੱਬਦੀਆਂ ਬੇੜੀਆਂ ਨੂੰ ਕਿਨਾਰਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਤੁਰ ਕੇ ਦੁਨੀਆਂ ਨੂੰ ਸਮਝਾਇਆ ਇੱਕ ਓਮਕਾਰ ਦਾ ਪਾਠ ਪੜਾਇਆ ਮਾਨਸ ਕੀ ਜਾਤ ਹੈ ਏਕ ਬਤਾਇਆ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਤੇ ਕ੍ਰਿਸ਼ਨਾ ਤ੍ਰਿਜਾ ਸਨ ਦੱਸੋ ਸਿੱਖਾਂ ਦੇ ਦੂਜੇ ਗੁਰੂ ਕੌਣ ਸਨ ਗੁਰੂ ਅੰਗਦ ਦੇਵ ਜੀ ਲੰਗਰ ਪ੍ਰਥਾ ਚਲਾਉਣ ਵਾਲੇ ਹੈ ਗੁਰੂ ਅੰਗਦ ਦੇਵ ਜੀ ਰਾਜਿਆਂ ਨੂੰ ਪੰਗਤ ਚ ਬਿਠਾਉਣ ਵਾਲੇ ਹੈ ਗੁਰੂ ਅੰਗਦ ਦੇਵ ਜੀ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੇ ਗਰੀਬਾਂ ਨੂੰ ਗਲ ਲਾਇਆ ਔਰਤ ਨੂੰ ਹੱਕ ਦਿਲਾਇਆ ਹੈ ਜਾਤ ਪਾਤ ਨਹੀਂ ਕੁਛ ਇਹ ਸਮਝਾਇਆ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਕ੍ਰਿਸ਼ਨ ਤ੍ਰਿਜਾ ਸਾਨੂੰ ਦੱਸੋ ਸਿੱਖਾਂ ਦੇ ਤੀਜੇ ਗੁਰੂ ਕੌਣ ਸਨ ਗੁਰੂ ਅਮਰਦਾਸ ਜੀ ਬੁਰਿਆਂ ਦਾ ਵੀ ਭਲਾ ਕਰਾਉਣ ਵਾਲੇ ਹੈ ਗੁਰੂ ਅਮਰਦਾਸ ਜੀ ਦੁਖੀਆਂ ਦੀ ਵੀ ਚੜ੍ਹਦੀ ਕਲਾ ਕਰਾਉਣ ਵਾਲੇ ਹੈ ਗੁਰੂ ਅਮਰਦਾਸ ਜੀ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਪਹਿਲੇ ਪੰਗਤ ਫਿਰ ਸੰਗਤ ਇਹ ਅਖਵਾਇਆ ਸਤੀ ਨਹੀਂ ਔਰਤ ਇਹ ਸਮਝਾਇਆ ਔਰਤ ਨੂੰ ਹੱਕ ਦਿਲਾਇਆ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਕ੍ਰਿਸ਼ਨਾ ਤ੍ਰਿਜਾ ਸਾਨੂੰ ਦੱਸੋ ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ਗੁਰੂ ਰਾਮਦਾਸ ਜੀ ਹੋਮੇ ਚ ਨਾ ਰਹਿਣ ਦੇਣ ਵਾਲੇ ਗੁਰੂ ਰਾਮਦਾਸ ਜੀ ਅਨੰਦ ਬਿਸਤਰਿਆਂ ਦੀ ਸੇਵਾ ਕਰਾਉਣ ਵਾਲੇ ਗੁਰੂ ਰਾਮਦਾਸ ਜੀ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਆਨੰਦ ਕਾਰਜ ਦੀ ਪ੍ਰਥਾ ਚਲਾਈ ਅੰਮ੍ਰਿਤ ਸਰੋਵਰ ਦੀ ਨੀਂਵ ਰਖਾਈ ਸੇਵਾ ਕਰਨੇ ਦੀ ਭਾਵਨਾ ਜਗਾਈ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਕ੍ਰਿਸ਼ਨਾ ਤ੍ਰਿਜਾ ਸਾਨੂੰ ਦੱਸੋ ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ਗੁਰੂ ਅਰਜਨ ਦੇਵ ਜੀ ਮੀਆਂ ਮੀਤ ਨੀਰ ਖਵਾਉਣ ਵਾਲੇ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਨਾਲ ਸੁੱਖ ਦਿਵਾਉਣ ਵਾਲੇ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਦਸਵੰਧ ਦੇਣ ਦੀ ਪ੍ਰਥਾ ਬਣਾਈ ਸਿੱਖੀ ਸਿਦਕ ਉਹਨਾਂ ਨੇ ਨਹੀਂ ਹਾਰਿਆ ਸਿੱਖੀ ਤੋਂ ਆਪਣੇ ਆਪ ਨੂੰ ਵਾਰਿਆ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਸਾਨੂੰ ਦੱਸੋ ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ ਗੁਰੂ ਹਰਗੋਬਿੰਦ ਜੀ ਬੰਦੀ ਛੋੜ ਦਾਤਾ ਖਵਾਉਣ ਵਾਲਾ ਹੈ ਗੁਰੂ ਹਰਗੋਬਿੰਦ ਜੀ ਜ਼ੁਲਮ ਖਿਲਾਫ ਤਲਵਾਰ ਉਠਾਉਣ ਵਾਲਾ ਹੈ ਗੁਰੂ ਹਰਗੋਬਿੰਦ ਜੀ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਮੀਰੀ ਪੀਰ ਦਾ ਮਾਲਕ ਹਰਗੋਬਿੰਦ ਅਖਵਾਇਆ ਲੋਕਾਂ ਨੂੰ ਹੱਕ ਦਿਲਾਇਆ ਭਗਤੀ ਤੇ ਸ਼ਕਤੀ ਦਾ ਅਰਥ ਸਮਝਾਇਆ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕ੍ਰਿਸ਼ਨਾ ਤ੍ਰਿਜਾ ਸਾਨੂੰ ਦੱਸੋ ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ ਗੁਰੂ ਹਰਿਰਾਇ ਜੀ ਰੋਗੀਆਂ ਦੇ ਰੋਗ ਮਿਟਾਉਣ ਵਾਲੇ ਗੁਰੂ ਹਰਿਰਾਇ ਜੀ ਸ਼ਰਨ ਆਏ ਰੋਗੀਆਂ ਦੀ ਮਦਦ ਕਰਨ ਵਾਲੇ ਗੁਰੂ ਹਰਿਰਾਇ ਜੀ ਸੱਤਵੀਂ ਪਾਤਸ਼ਾਹੀ ਗੁਰੂ ਹਰਿਰਾਇ ਜੀ ਬਾਣੀ ਦਾ ਮਹੱਤਵ ਉਹਨਾਂ ਨੇ ਸਮਝਾਇਆ ਗੁਰੂ ਨਾਲ ਜੁੜਨਾ ਉਹਨਾਂ ਨੇ ਸਿਖਾਇਆ ਬਾਣੀ ਦੀ ਸੇਵਾ ਕਰਦੇ ਆਪਣਾ ਜੀਵਨ ਬਿਤਾਇਆ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਕ੍ਰਿਸ਼ਨਾ ਤ੍ਰਿਜਾ ਸਾਨੂੰ ਦੱਸੋ ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ ਗੁਰੂ ਹਰਿਕ੍ਰਿਸ਼ਨ ਜੀ ਅਕਾਲ ਪੁਰਖ ਨਾਲ ਜੁੜਨ ਵਾਲੇ ਗੁਰੂ ਹਰਿਕ੍ਰਿਸ਼ਨ ਜੀ ਭੁੱਲੇ ਭਟਕੇ ਰਾਵਾਂ ਤੋਂ ਮੁੜਨ ਵਾਲੇ ਹੈ ਗੁਰੂ ਹਰਿਕ੍ਰਿਸ਼ਨ ਜੀ ਅੱਠਵੀਂ ਪਾਤਸ਼ਾਹੀ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਨੇ ਦੁਖੀਆਂ ਦਾ ਸਾਰਾ ਦੁੱਖ ਹਰਿਆ ਬਿਮਾਰ ਲੋਕਾਂ ਦਾ ਇਲਾਜ ਕਰਿਆ ਪੰਜ ਸਾਲ ਦੀ ਛੋਟੀ ਉਮਰੇ ਗੁਰੂ ਬਣਿਆ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ
कृष्णा त्रेजा सन दसो सिखा दे नवे गुरु कौन सन? गुरु तेग बहादुर जी। पंडित का खाता शीश कटाउन वाले है गुरु तेग बहादुर जी। हिंदरी चादर कहाउन वाले है गुरु तेग बहादुर जी। नौवीं पातशाही गुरु तेग बहादुर जी, जिन्हां नूं कहिंदे हिंद दी चादर, जिन्हां ने देश लई अपना शीस कटाया, किसे धर्म ते जुल्म नहीं करना ए समझाया। वाहे गुरु वाहे गुरु सतनाम वाहे गुरु। कृष्णा ते जी दसो सिखा दे दसवें गुरु कौन सन? गुरु गोबिंद सिंह जी। कौम दी खातर परिवार नूं वरन वाले है गुरु गोबिंद सिंह जी। अपने हत्थी चारा पुत्रां नूं वरन वाले है गुरु गोबिंद सिंह जी। दसवीं पातशाही गुरु गोबिंद सिंह जी, अमृत छका के खालसा बनाया, जुल्म नहीं सहना ए समझाया, मजलूमा दी रक्षा करना सिखाया। वाहे गुरु वाहे गुरु सतनाम वाहे गुरु। ते कृष्णा त्रेजे सन दसो दसा गुरुआं दी जोत किन्नू कहिंदे हन? धन धन श्री गुरु ग्रंथ साहिब जी। सिर ते हथ रखण वाले धन श्री गुरु ग्रंथ साहिब जी। ਭੁੱਲਿਆਂ ਨੂੰ ਸਮਰਥ ਬਖਸ਼ਣ ਵਾਲੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ। ਗੁਰੂ ਪਿਆਰਿਓ, ਦੇਸਾਂ ਪ੍ਰਦੇਸਾਂ 'ਚ ਬੈਠੇ ਤੁਸੀਂ ਵੀਡੀਓ ਦੇਖ ਰਹੇ ਹੋ, ਤੁਹਾਡਾ ਸਭ ਦਾ ਮਿਲੇ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣ ਜੀ। ਅਤੇ ਕੱਲ੍ਹ ਤੋਂ ਅਸੀਂ ਹੋਰ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ। ਦਸਾਂ ਗੁਰੂਆਂ ਦੇ ਸਪੁੱਤਰ ਅਤੇ ਸਪੁੱਤਰੀਆਂ ਬਾਰੇ ਤੁਹਾਨੂੰ ਕੱਲ੍ਹ ਤੋਂ ਸਾਰੀ ਜਾਣਕਾਰੀ ਦੇਵਾਂਗੇ ਜੀ। ਅਤੇ ਸਾਰੇ ਜਿਹੜੇ ਸਾਡਾ ਸਾਥ ਦਿਓ, ਸਾਡੇ ਪੇਜ ਨੂੰ ਫੋਲੋ ਕਰ ਲਓ ਜੀ, ਅਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਸਾਰੇ ਭੈਣ ਭਰਾਵਾਂ ਤੱਕ ਵੀਡੀਓ ਪਹੁੰਚ ਜਾਂਦੀ ਜੀ। ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ।